ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਦੱਸ ਦਿੰਦੇ ਕਿ ਧੁੰਦ ਇਸ ਦਾ ਕਾਰਨ ਦੱਸਿਆ ਜਾ ਰਿਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੰਘਣੀ ਧੁੰਦ ਕਰਕੇ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹੁਣ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ। ਮੌਕੇ ਦੀਆਂ ਤਸਵੀਰਾਂ ਨੇ ਕੀ ਉਧਰ ਦਾ ਮਾਹੌਲ ਬਣਿਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਤੇ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਚੜ੍ਹਦੀ ਵਾਨ ਨੇੜੇ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਕਿ ਪੁਲਿਸ ਮੁਲਾਜ਼ਮ ਡਿਊਟੀ ਦੇ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਜਲੰਧਰ ਜਾ ਰਹੇ ਸਨ ਤੇ ਸੰਘਣੀ ਧੁੰਦ ਕਰਕੇ ਜੋ ਹੈ ਪੁਲਿਸ ਮੁਲਾਜ਼ਮਾਂ ਦੀ ਬੱਸ ਸੇਵਾਦਾਰਾਂ ਦੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਪੁਲਿਸ ਮੁਲਾਜ਼ਮਾਂ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਜਾਇਆ ਗਿਆ ਤੇ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ। ਹੁਣ ਸੁਣ ਲੈਂਦੇ ਹਾਂ ਕਿ ਉੱਥੇ ਦੇ ਜੋ ਮੌਜੂਦ ਲੋਕ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ। ਮੇਰਾ ਨਾਮ ਪੁਲਾ ਸਿੰਘ ਜੀ, ਡੇਰੇ 8:30 ਵਜੇ ਗੱਡੀ ਚੱਲੀ ਆ ਜੀ। ਕਿਹੜੇ ਪਾਸੇ ਜਾਣਾ ਸੀ ਗੱਡੀ ਨੇ? ਇਹ ਆਪਣੇ ਬੱਟੂ ਜਾਣਾ ਸੀਗਾ ਜੀ। ਠੀਕ ਹੈ। ਤੇ ਮਗਰੋਂ ਅੱਗੇ ਮਿੰਨੀ ਗੱਡੀ ਵੱਜੀ ਹੈ ਬੱਸ, ਤੇ ਗਾਂਹ ਵਿੱਚ ਟਾਲੀ ਵੱਜੀ ਆ। ਕਿੰਨਾ ਕੁ ਨੁਕਸਾਨ ਆ ਜੀ? ਕਿੰਨਾ ਹੁਣ ਤੁਹਾਡੇ ਸਾਹਮਣੇ ਨੁਕਸਾਨ ਦੇ ਦਿਓ ਜੀ ਅਤੇ ਨਿਆਂ ਦਿੱਤਾ ਜਾਵੇ। ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ। ਡਰਾਈਵਰ ਕੋਈ ਸੱਟਾ ਵੱਟਾ ਕੋਈ? ਸਾਡੇ ਡਰਾਈਵਰ ਸਾਡੇ ਨਹੀਂ, ਉਹ ਪੁਲਿਸ ਵਾਲੇ ਥਾਣੇ ਲੈ ਗਏ ਜੀ। ਕੀ ਮੰਗ ਕਰਦੇ ਹੋ? ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਸਾਨੂੰ ਨਿਆਂ ਦਿੱਤਾ ਜੇ। ਧੁੰਦ ਕਰਕੇ ਵਾਪਰਿਆ ਹਾਦਸਾ ਜਾਂ ਕਿਵੇਂ ਮੰਨਦੇ? ਧੁੰਦ ਕਰਕੇ ਵਾਪਰਿਆ ਜੀ। ਮੇਰਾ ਨਾਮ ਪੁਲਾ ਸਿੰਘ ਜੀ, ਡੇਰੇ 8:30 ਵਜੇ ਗੱਡੀ ਚੱਲੀ ਆ ਜੀ। ਕਿਹੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ? ਦੱਸ ਦਿੰਦੇ ਹਾਂ ਕਿ ਧੁੰਦ ਇਸ ਦਾ ਕਾਰਨ ਦੱਸਿਆ ਜਾ ਰਿਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੰਘਣੀ ਧੁੰਦ ਕਰਕੇ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹੁਣ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ। ਮੌਕੇ ਦੀਆਂ ਤਸਵੀਰਾਂ ਨੇ ਕੀ ਉੱਧਰ ਦਾ ਮਾਹੌਲ ਬਣਿਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਤੇ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਚੜ੍ਹਦੀ ਵਾਨ ਨੇੜੇ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਕਿ ਪੁਲਿਸ ਮੁਲਾਜ਼ਮ ਡਿਊਟੀ ਦੇ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਜਲੰਧਰ ਜਾ ਰਹੇ ਸਨ ਤੇ ਸੰਘਣੀ ਧੁੰਦ ਕਰਕੇ ਜੋ ਹੈ ਪੁਲਿਸ ਮੁਲਾਜ਼ਮਾਂ ਦੀ ਬੱਸ ਸੇਵਾਦਾਰਾਂ ਦੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਪੁਲਿਸ ਮੁਲਾਜ਼ਮਾਂ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਜਾਇਆ ਗਿਆ ਤੇ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ। ਹੁਣ ਸੁਣ ਲੈਂਦੇ ਹਾਂ ਕਿ ਉੱਥੇ ਦੇ ਜੋ ਮੌਜੂਦ ਲੋਕ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ। ਮੇਰਾ ਨਾਮ ਪੁਲਾ ਸਿੰਘ ਜੀ, ਡੇਰੇ 8:30 ਵਜੇ ਗੱਡੀ ਚੱਲੀ ਆ ਜੀ। ਕਿਹੜੇ ਪਾਸੇ ਜਾਣਾ ਸੀ ਗੱਡੀ ਨੇ? ਇਹ ਆਪਣੇ ਬੱਟੂ ਜਾਣਾ ਸੀਗਾ ਜੀ। ਠੀਕ ਹੈ। ਤੇ ਮਗਰੋਂ ਅੱਗੇ ਮਿੰਨੀ ਗੱਡੀ ਵੱਜੀ ਹੈ ਬੱਸ, ਤੇ ਗਾਂਹ ਵਿੱਚ ਟਾਲੀ ਵੱਜੀ ਆ। ਕਿੰਨਾ ਕੁ ਨੁਕਸਾਨ ਆ ਜੀ? ਕਿੰਨਾ ਹੁਣ ਤੁਹਾਡੇ ਸਾਹਮਣੇ ਨੁਕਸਾਨ ਦੇ ਦਿਓ ਜੀ ਅਤੇ ਨਿਆਂ ਦਿੱਤਾ ਜਾਵੇ। ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ। ਡਰਾਈਵਰ ਕੋਈ ਸੱਟਾ ਵੱਟਾ ਕੋਈ? ਸਾਡੇ ਡਰਾਈਵਰ ਸਾਡੇ ਨਹੀਂ, ਉਹ ਪੁਲਿਸ ਵਾਲੇ ਥਾਣੇ ਲੈ ਗਏ। ਕੀ ਮੰਗ ਕਰਦੇ ਹੋ? ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਸਾਨੂੰ ਨਿਆਂ ਦਿੱਤਾ ਜੇ। ਧੁੰਦ ਕਰਕੇ ਵਾਪਰਿਆ ਹਾਦਸਾ ਜਾਂ ਕਿਵੇਂ ਮੰਨਦੇ? ਧੁੰਦ ਕਰਕੇ ਵਾਪਰਿਆ ਜੀ। ਮੇਰਾ ਨਾਮ ਪੁਲਾ ਸਿੰਘ ਜੀ, ਡੇਰੇ 8:30 ਵਜੇ ਗੱਡੀ ਚੱਲੀ ਆ ਜੀ। ਕਿਹੜੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ? ਦੱਸ ਦਿੰਦੇ ਹਾਂ ਕਿ ਧੁੰਦ ਇਸ ਦਾ ਕਾਰਨ ਦੱਸਿਆ ਜਾ ਰਿਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸੰਘਣੀ ਧੁੰਦ ਕਰਕੇ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਤੇ ਹੁਣ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ। ਮੌਕੇ ਦੀਆਂ ਤਸਵੀਰਾਂ ਨੇ ਕੀ ਉੱਧਰ ਦਾ ਮਾਹੌਲ ਬਣਿਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ।
ਤੇ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਮੁੱਖ ਮਾਰਗ ਤੇ ਪਿੰਡ ਚੜ੍ਹਦੀ ਵਾਨ ਨੇੜੇ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੱਸ ਦਿੰਦੇ ਹਾਂ ਕਿ ਪੁਲਿਸ ਮੁਲਾਜ਼ਮ ਡਿਊਟੀ ਦੇ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਜਲੰਧਰ ਜਾ ਰਹੇ ਸਨ ਤੇ ਸੰਘਣੀ ਧੁੰਦ ਕਰਕੇ ਜੋ ਹੈ ਪੁਲਿਸ ਮੁਲਾਜ਼ਮਾਂ ਦੀ ਬੱਸ ਸੇਵਾਦਾਰਾਂ ਦੇ ਟਰੱਕ ਦੇ ਨਾਲ ਟਕਰਾ ਜਾਂਦੀ ਹੈ, ਜਿਸ ਕਾਰਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਨੇ ਤੇ ਹੁਣ ਪੁਲਿਸ ਮੁਲਾਜ਼ਮਾਂ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਲਿਜਾਇਆ ਗਿਆ ਤੇ ਹਸਪਤਾਲ ਦੇ ਵਿੱਚ ਮੁਲਾਜ਼ਮਾਂ ਨੂੰ ਭਰਤੀ ਕਰਵਾ ਦਿੱਤਾ ਗਿਆ। ਹੁਣ ਸੁਣ ਲੈਂਦੇ ਹਾਂ ਕਿ ਉੱਥੇ ਦੇ ਜੋ ਮੌਜੂਦ ਲੋਕ ਸੀਗੇ ਉਹਨਾਂ ਦਾ ਕੀ ਕੁਝ ਕਹਿਣਾ। ਮੇਰਾ ਨਾਮ ਪੁਲਾ ਸਿੰਘ ਜੀ, ਡੇਰੇ 8:30 ਵਜੇ ਗੱਡੀ ਚੱਲੀ ਆ ਜੀ। ਕਿਹੜੇ ਪਾਸੇ ਜਾਣਾ ਸੀ ਗੱਡੀ ਨੇ? ਇਹ ਆਪਣੇ ਬੱਟੂ ਜਾਣਾ ਸੀਗਾ ਜੀ। ਠੀਕ ਹੈ। ਤੇ ਮਗਰੋਂ ਆ ਕੇ ਮਿੰਨੀ ਗੱਡੀ ਵੱਜੀ ਹੈ ਬੱਸ, ਤੇ ਗਾਂਹ ਵਿੱਚ ਟਾਲੀ ਵੱਜੀ ਹੈ। ਕਿੰਨਾ ਕੁ ਨੁਕਸਾਨ ਹੈ ਜੀ? ਕਿੰਨਾ ਹੁਣ ਤੁਹਾਡੇ ਸਾਹਮਣੇ ਨਿਖਾਣ ਦੇ ਜੀ, ਅਤੇ ਨਿਆਂ ਦਿੱਤਾ ਜਾਵੇ ਪ੍ਰਸ਼ਾਸਨ ਤੋਂ, ਅਸੀਂ ਇਹ ਮੰਗ ਕਰਦੇ। ਤੁਹਾਡੇ ਡਰਾਈਵਰ ਕੋਈ ਸੱਟਾ ਵੱਟਾ ਕੋਈ? ਸਾਡੇ ਡਰਾਈਵਰ ਸਾਡੇ ਨਹੀਂ, ਉਹ ਪੁਲਿਸ ਵਾਲੇ ਥਾਣੇ ਲੈ ਗਏ। ਕੀ ਮੰਗ ਕਰਦੇ ਹੋ? ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਸਾਨੂੰ ਨਿਆਂ ਦਿੱਤਾ ਜਾਵੇ। ਧੁੰਦ ਕਰਕੇ ਵਾਪਰਿਆ ਹਾਦਸਾ ਜਾਂ ਕਿਵੇਂ ਮੰਨਦੇ? ਧੁੰਦ ਕਰਕੇ ਵਾਪਰਿਆ ਜੀ। ਮੇਰਾ ਨਾਮ ਪੁਲਾ ਸਿੰਘ ਜੀ, ਡੇਰੇ 8:30 ਵਜੇ ਗੱਡੀ ਚੱਲੀ ਆ ਜੀ। ਕਿਹੜੇ ਪਾਸੇ?